ਕਾਰ ਚਾਲਕ ਦੀ ਗਲਤੀ ਦੇ ਕਾਰਨ ਹੱਸਦਾ ਵੱਸਦਾ ਪਰਿਵਾਰ ਉੱਜੜ ਗਿਆ। ਜਦੋਂ ਇਹ ਪਰਿਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ ਤਾਂ ਬ੍ਰੀਜ਼ਾ ਗੱਡੀ ਨੇ ਇਸ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਪਿੱਛੋਂ ਟੱਕਰ ਮਾਰੀ, ਜਿਸ ਕਾਰਨ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਸਹਿਤ ਉਹਨਾਂ ਦੇ ਦੋਵੇਂ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਕਾਰ ਚਾਲਕ ਨੇ ਸ਼ਰਾਬ ਪੀ ਰੱਖੀ ਸੀ ਤੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਕਾਰ ਚਾਲਕ ਆਪਣੀ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਕਾਰ ਚਾਲਕ ਨੇ ਮੋਟਰਸਾਈਕਲ ਦੇ ਵਿੱਚ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਜਿੱਥੇ ਪਤੀ ਪਤਨੀ ਸਹਿਤ ਉਹਨਾਂ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ, ਉੱਥੇ ਹੀ ਮੋਟਰਸਾਈਕਲ ਸੜ ਕੇ ਪੂਰੀ ਤਰ੍ਹਾਂ ਰਾਖ ਹੋ ਗਿਆ ਤੇ ਗੱਡੀ ਖੇਤਾਂ ਦੇ ਵਿੱਚ ਜਾ ਕੇ ਵੜ ਗਈ, ਜਿਸ ਤੋਂ ਬਾਅਦ ਮੌਕੇ ਤੇ ਸਥਾਨਕ ਲੋਕ ਪਹੁੰਚੇ, ਜਿਸ ਤੋਂ ਬਾਅਦ ਗੱਡੀ ਚਾਲਕ ਨੂੰ ਕਾਬੂ ਕੀਤਾ ਗਿਆ। ਉੱਥੇ ਹੀ ਗੱਡੀ ਵੀ ਕਾਫੀ ਹੱਦ ਤੱਕ ਨੁਕਸਾਨੀ ਗਈ। ਇਸ ਮੌਕੇ ਮ੍ਰਿਤਕ ਪਰਿਵਾਰ ਦੇ ਪਿੰਡ ਵਾਸੀ ਵੀ ਘਟਨਾ ਸਥਾਨ ਤੇ ਪਹੁੰਚੇ ਤੇ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਮੋਗਾ ਦੇ ਬਾਗਾ ਪੁਰਾਣਾ ਮੁਦਕੀ ਰੋਡ ਤੇ ਪਿੰਡ ਲੰਗਿਆਣਾ ਦੇ ਕੋਲ ਵਾਪਰਿਆ। ਬ੍ਰੀਜ਼ਾ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਬੱਚਿਆਂ ਸਹਿਤ ਪਤੀ ਪਤਨੀ ਦੀ ਮੌਤ ਹੋ ਗਈ ਹੈ। ਬਹੁਤ ਮੰਦਭਾਗੀ ਘਟਨਾ ਹੋਈ ਹੈ ਅਤੇ ਆਉਂਦੇ ਸੀਗੇ, ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵੱਜੀ ਆ। ਗੱਡੀ ਜਿਹੜੀ ਬ੍ਰੀਜ਼ਾ ਗੱਡੀ ਦੱਸੀ ਜਾਂਦੀ, ਉਹਦੇ ਖੜ੍ਹੀ ਆ ਗੱਡੀ ਥੱਲੇ ਅਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ, ਦਾਰੂ ਨਾਲ ਉਹ ਡੱਕਿਆ ਹੋਇਆ ਸੀਗਾ। ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ, ਉਹਨਾਂ ਦੇ ਦੋ ਪੋਤੇ ਬੇਟਾ ਅਤੇ ਨੌਂ ਉਹਨਾਂ ਦੀ, ਅਤੇ ਮੌਕੇ 'ਤੇ ਮੌਤ ਹੋ ਗਈ ਆ। ਬਹੁਤ ਮੰਦਭਾਗੀ ਘਟਨਾ ਹੋਈ ਆ। ਅਸੀਂ ਕਹਿੰਦੇ ਹਾਂ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਬਣਦੀ ਕਾਰਵਾਈ ਕੀਤੀ ਜਾਵੇ, ਉਨਾ ਚਿਰ ਡੈੱਡ ਬੋਡੀਆਂ ਇੱਥੇ ਪਈਆਂ, ਸਾਡੇ ਕੋਲ ਪ੍ਰਸ਼ਾਸਨ ਆਵੇ ਅਤੇ ਸਾਡੀ ਗੱਲ ਸੁਣੇ। ਇਹ ਐਕਸੀਡੈਂਟ ਹੋਇਆ ਜੀ, ਦੋਨੇ ਜਿਹੜੇ ਵਹੀਕਲ ਸੀਗੇ ਬਾਘੇ ਪਿੰਡ ਤੋਂ ਆ ਰਹੇ ਸੀ, ਮੋਟਰਸਾਈਕਲ ਅੱਗੇ ਰਹੇ ਸੀ, ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ। ਇਹ ਮੁੰਡਾ ਜੈਮਲ ਵਾਲੇ ਤੋਂ ਸੀਗਾ, ਪਰਮਜੀਤ ਸਿੰਘ, ਉਹਦੇ ਨਾਲ ਵਾਈਫ ਸੀ ਕੁਲਦੀਪ ਕੌਰ, ਨਾਲ ਬੱਚੇ ਸੀਗੇ। ਅੱਛਾ ਜੀ। ਅਤੇ ਉਹ ਮਤਲਬ ਕਿ ਜਾ ਰਹੇ ਸੀ ਉਹਦੇ ਨਾਲ ਕਿੱਧਰੋਂ, ਕਿਤੇ ਪਿੱਛੋਂ ਗੱਡੀ ਤੇਜ਼ ਸੀਗੀ ਥੋੜ੍ਹੀ, ਅਤੇ ਉਦੋਂ ਕੰਟਰੋਲ ਨਹੀਂ ਹੋਈ ਗੱਡੀ ਅਤੇ ਉਹਦੇ ਉੱਪਰ ਚੜਾ। ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਈ ਸੀ ਬੰਦੇ ਨੇ। ਇਹ ਦਾਰੂ ਹੁਣ ਮੈਂ ਤਾਂ ਇੱਥੇ ਮੌਕੇ 'ਤੇ ਖੜ੍ਹਾ, ਹੁਣ ਮੈਂ ਉਹਦਾ ਉੱਥੇ ਮੁਲਾਜ਼ਾ ਕਰਾਊਂਗਾ ਤਾਂ ਪਤਾ ਲੱਗੂਗਾ ਵੀ ਦਾਰੂ ਪੀਤੀ, ਪਰ ਮੈਂ ਹੁਣ ਮੁਲਾਜ਼ਾ ਨਹੀਂ ਕਰਾਇਆ, ਮੈਂ ਉਹ ਕਲੀਅਰ ਨਹੀਂ ਕਹਿ ਸਕਦਾ, ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਉਹ ਲੋਕ ਕਹਿ ਰਹੇ ਆ ਵੀ ਉਹਦੀ ਦਾਰੂ ਪੀਤੀ ਸੀਗੀ। ਅਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ? ਹਾਂਜੀ, ਗਿਆ ਮੈਂ ਬਾਅਦ 'ਚ ਆਇਆ, ਸ਼ਾਇਦ ਮਿਲੀ ਹੋਵੇ, ਪਰ ਮੈਂ ਬਾਅਦ ਦੇ ਵਿੱਚ ਆਇਆ, ਮੈਂ ਤਾਂ ਇੱਧਰ ਹੀ ਉਲਝ ਗਿਆ ਡੈੱਡ ਬਾਡੀਆਂ ਨੂੰ ਵੇਖਣ 'ਤੇ, ਕੋਈ ਵੀਡੀਓ। ਅੱਛਾ, ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ? ਨਹੀਂ, ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ, ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈ ਨਹੀਂ ਸੀਗੀ, ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ। ਅੱਛਾ, ਮਗਲੀ ਸਾਈਡ। ਅਤੇ ਜਿਹੜਾ ਇਹ ਗੱਡੀ ਵਾਲਾ, ਇਹ ਕਿੱਥੋਂ ਦਾ ਬੰਦਾ ਜਿਹੜਾ? ਇਹਦਾ ਮੈਨੂੰ ਨਾਂ ਨਹੀਂ ਪਤਾ ਹੈਗਾ, ਇਹ ਹੈਗਾ ਨਥੋਲੇ ਗਰਬੀ ਦਾ।